ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿੱਦਿਆ ਦੀ ਦਾਨੀ ਸੰਸਥਾ ਮਾਤਾ ਸ਼ਰਨ ਕੌਰ ਕਾਲਜ। ਇਹ ਸ਼ਹੀਦਾਂ ਦੀ ਧਰਤੀ ਦੇ ਖੁਸ਼ਬੂ ਹੈ ਜੀ। ਇਹ ਸ਼ਹੀਦਾਂ ਦੀ ਧਰਤੀ ਦੇ ਵਿੱਚ ਹੀ ਇੱਕ ਤਾਕਤ ਹੈ, ਵਾਈਬ੍ਰੇਸ਼ਨਸ ਨੇ ਜਿਹੜੀਆਂ ਸਭ ਨੂੰ ਇੱਥੇ ਜਿਹੜੇ ਚਿਹਰੇ ਦੇ ਉੱਤੇ ਗਲੋਈ ਰੱਖਦੀਆਂ ਨੇ, ਜਲਾਲ ਰੱਖਦੀਆਂ ਨੇ। ਸਾਡੇ ਕੋਲ ਫੈਮਲੀਜ਼ ਨੇ ਉਹ ਲੋਅ ਇਨਕਮ ਫੈਮਲੀਜ਼ ਨੇ ਅਤੇ ਬਹੁਤ ਸਾਰੀਆਂ ਲੋਅ ਇਨਕਮ ਫੈਮਲੀਜ਼ ਨੇ, ਜਿਸ ਕਰਕੇ ਬੱਚਿਆਂ ਨੂੰ ਬੱਚਿਆਂ ਦੀ ਉਹ ਜਿਹੜੀ ਫੀਸ ਨਹੀਂ ਦੇ ਸਕਦੇ। ਇਸ ਕਾਰਨ ਉਹਨਾਂ ਨੇ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਵੀ ਸਕੋਲਰਸ਼ਿਪ ਦਿੱਤੇ, ਹੋਰ ਵੀ ਬਹੁਤ ਸਾਰੇ ਸਕੋਲਰਸ਼ਿਪ ਜਿਹੜੇ ਨਿਸ਼ਕਾਮ ਵਾਲੇ ਵੀ ਦਿੰਦੇ ਨੇ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿੱਦਿਆ ਦੀ ਦਾਨੀ ਸੰਸਥਾ ਮਾਤਾ ਸ਼ਰਨ ਕੌਰ ਕਾਲਜ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਿਹਾ ਆਪਣੀਆਂ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ। ਔਰ ਇਹ ਸਾਰੇ ਵਿਭਾਗੀ ਨੇ ਜਿੱਥੇ ਲੋਕ ਸੈਕਿੰਡ ਗੁਜ਼ਾਰਨ ਲਈ ਅੱਜ ਆਏ ਨੇ, ਉਸ ਸਥਾਨ ਦੇ ਉੱਪਰ ਇਹ ਸੇਵਾ ਕਰ ਰਹੇ ਨੇ। ਪ੍ਰਿੰਸੀਪਲ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ। ਪ੍ਰਿੰਸੀਪਲ ਸਾਹਿਬ, ਕੀ ਕਹਿਣਾ ਚਾਹੋਗੇ ਕਿ ਇਤਿਹਾਸਿਕ ਧਰਤੀ ਦੇ ਉੱਤੇ ਤੁਸੀਂ ਸੇਵਾ ਦੇ ਰਹੇ ਹੋ, ਔਰ ਜਿਸ ਸਮੇਂ ਦੇ ਉੱਤੇ ਇਹ ਕਾਲਜ ਖੁੱਲ੍ਹਿਆ ਉਸ ਸਮੇਂ 'ਤੇ ਦੂਰ ਦੂਰ ਤੱਕ ਕਾਲਜਾਂ ਦੀ ਕਮੀ ਸੀਗੀ, ਔਰ ਵਿੱਦਿਆ ਦਾ ਦਾਨ ਦੇਣ ਦੇ ਲਈ SGPC ਨੇ ਬਹੁਤ ਵੱਡਾ ਉਪਰਾਲਾ ਕੀਤਾ, ਔਰ ਜਿਹਦੇ ਵਿੱਚ ਅੱਜ ਇੱਥੋਂ ਦੀ ਲੂੰਬੜੀ ਹੈ ਜਿਹੜੀ ਉਹ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਨੇ, ਬਹੁਤ ਵਧੀਆ ਵਧੀਆ ਤਰੱਕੀਆਂ ਲੋਕ ਕਰ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਕਦੇ ਹਾਂ ਕਿ ਯੰਗ ਐਨਰਜੈਟਿਕ ਫੈਸਿਲਿਟੀ ਜਿਹੜੀ ਹੈਗੀ ਆ ਉਹ, ਹਾਲਾਂਕਿ ਛੁੱਟੀ ਦੇ ਟਾਈਮ ਆ 1:45 ਪਰ ਦੇਖ ਸਕਦੇ ਆਪਾਂ ਸਾਰੀਆਂ ਭੈਣਾਂ ਦੇ ਭਰਾਵਾਂ ਦੇ ਜਿਹੜੇ ਵੀ ਟੀਚਰ ਦੇ ਇੱਥੇ ਹੈਗੇ ਆ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਹੋਣ ਦੇ ਕਾਰਨ ਇਹਨਾਂ ਦੇ ਵਿੱਚ ਇੰਨੀ ਐਨਰਜੀ ਹੈਗੀ ਆ ਟੀਚਰ ਦੇ ਵਿੱਚ, 1:45 ਦਾ ਟਾਈਮ ਹੋਣ ਚੁੱਕਿਆ। ਇਹ ਸ਼ਹੀਦਾਂ ਦੀ ਧਰਤੀ ਦੇ ਖੁਸ਼ਬੂ ਹੈ ਜੀ। ਇਹ ਸ਼ਹੀਦਾਂ ਦੀ ਧਰਤੀ ਦੇ ਵਿੱਚ ਹੀ ਇੱਕ ਤਾਕਤ ਹੈ, ਵਾਈਬ੍ਰੇਸ਼ਨਸ ਨੇ ਜਿਹੜੀਆਂ ਸਭ ਨੂੰ ਇੱਥੇ ਜਿਹੜੇ ਚਿਹਰੇ ਦੇ ਉੱਤੇ ਗਲੋਈ ਰੱਖਦੀਆਂ ਨੇ, ਜਲਾਲ ਰੱਖਦੀਆਂ ਨੇ। ਸਰ, ਆਪਾਂ ਗੱਲ ਕਰ ਲਈਏ ਇਸ ਕਾਲਜ ਦੀ, ਜਿਹੜਾ ਕਿ ਇੱਕ ਆਲਰਾਊਂਡਿੰਗ ਕਾਲਜ ਹੈ, ਕਲਚਰਲ ਐਕਟੀਵਿਟੀ ਦੀ ਗੱਲ ਕਰ ਲਈਏ, ਗੇਮਸ ਦੀ ਗੱਲ ਕਰ ਲਈਏ, ਧਾਰਮਿਕ ਦੀ ਗੱਲ ਕਰ ਲਈਏ, ਤਾਂ ਹਰ ਚੀਜ਼ ਇਹ ਕਾਲਜ ਮੂਹਰੀ ਆ। ਬਿਲਕੁਲ ਜੀ, ਬੀਬੀ ਸ਼ਰਨ ਕੌਰ ਖਾਲਸਾ ਕਾਲਜ ਨਾਮ ਹੀ ਬੀਬੀ ਸ਼ਰਨ ਕੌਰ ਦੇ ਨਾਮ 'ਤੇ ਹੈ, ਅਤੇ ਬੀਬੀ ਸ਼ਰਨ ਕੌਰ ਦਾ ਇਤਿਹਾਸ ਕੌਣ ਨਹੀਂ ਜਾਣਦਾ, ਵੀ ਜਿੱਥੇ ਜਦੋਂ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੋਂ ਛੱਡ ਕੇ ਗਏ ਨੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, 3 ਪਿਆਰੇ ਸ਼ਹੀਦ ਹੋ ਜਾਂਦੇ ਨੇ, 36 ਸਿੰਘ ਸ਼ਹੀਦ ਹੋ ਜਾਂਦੇ ਨੇ, ਤਾਂ ਉਹਨਾਂ ਦਾ ਸੰਸਕਾਰ ਜਿਹੜਾ ਹੈਗਾ ਬੀਬੀ ਸ਼ਰਨ ਕੌਰ ਨੇ ਕੀਤਾ। ਅਤੇ ਐਸੀ ਮਹਾਨ ਧਰਤੀ ਦੇ ਉੱਤੇ ਜਿੱਥੇ ਬੀਬੀ ਸ਼ਰਨ ਕੌਰ ਵਰਗੇ ਬੀਬੀਆਂ ਨੇ, ਜਿਹੜਾ ਉਹਨਾਂ ਨੂੰ ਪਤਾ ਸੀ ਵੀ ਇਹ ਇਸ ਤੋਂ ਬਾਅਦ ਉਹਨਾਂ ਨੂੰ ਵੀ ਸ਼ਹਾਦਤ ਮਿਲਣੀ ਹੈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਜਿਹੜਾ ਸੰਸਕਾਰ ਕੀਤਾ। ਅਤੇ ਅੱਜ ਉਸ ਬੀਬੀ ਸ਼ਰਨ ਕੌਰ ਦੇ ਨਾਮ 'ਤੇ ਕਾਲਜ ਹੈ, ਅਤੇ ਇਸ ਕਾਲਜ ਦੇ ਵਿੱਚ ਜਿੱਥੇ ਸਾਡੇ ਅਕਾਦਮਿਕ ਗਤੀਵਿਧੀਆਂ ਹੁੰਦੀਆਂ ਨੇ, ਨਾਲ ਦੇ ਨਾਲ ਧਾਰਮਿਕ ਗਤੀਵਿਧੀਆਂ, ਕਲਚਰਲ ਦੇ ਵਿੱਚ, ਸਪੋਰਟਸ ਦੇ ਖੇਤਰ ਦੇ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਰਹੇ ਨੇ ਬੱਚੇ ਇੱਥੇ। ਅਤੇ ਹੁਣ ਵੀ ਜਿਹੜਾ ਕੱਲ੍ਹ ਤੋਂ 21 ਤੋਂ ਸਭਾ ਸ਼ੁਰੂ ਹੋਈ ਹੈ, 21 ਨੂੰ ਇੱਥੇ ਸਭ ਤੋਂ ਪਹਿਲਾਂ ਬੱਚਿਆਂ ਨੇ ਅਤੇ ਜਿਹੜੇ ਅਧਿਆਪਕ ਸਾਹਿਬਾਨ ਨੇ ਇਹਨਾਂ ਨੇ ਮਿਲ ਕੇ ਜਿਹੜੀ ਹੈਰੀਟੇਜ ਸਟਰੀਟ ਹੈ ਇੱਥੇ ਮੇਨ ਰੋਡ ਤੋਂ ਲੈ ਕੇ ਗੜੀ ਸਾਹਿਬ ਤੱਕ ਸਾਰੇ ਬੱਚਿਆਂ ਨੇ ਸੇਵਾ ਕੀਤੀ, ਸਾਰੀ ਸਟਰੀਟ ਸਾਫ਼ ਕੀਤੀ ਆ, ਉਪਰੰਤ ਗੜੀ ਸਾਹਿਬ ਮੱਥਾ ਟੇਕਿਆ। ਅੱਜ ਵੀ ਸਾਰੇ ਬੱਚਿਆਂ ਨੇ, ਅਧਿਆਪਕ ਸਾਹਿਬਾਨ ਨੇ ਅੱਜ ਜਪਜੀ ਸਾਹਿਬ ਦੇ ਪਾਠ ਕੀਤੇ ਆ, ਅੱਜ ਉੱਥੇ ਚੌਪੀ ਸਾਹਿਬ ਦੇ ਪਾਠ ਕੀਤੇ, ਉਪਰੰਤ ਅਰਦਾਸ ਕੀਤੀ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਆ, ਸੰਗਤਾਂ ਦੇ ਦਰਸ਼ਨ ਕੀਤੇ ਆ। ਕੱਲ੍ਹ ਵੀ ਇਸੇ ਤਰੀਕੇ ਦੇ ਨਾਲ ਪੂਰੇ ਜਾਹੋ ਜਲਾਲ ਦੇ ਨਾਲ ਅਸੀਂ ਜਿਹੜਾ ਨਗਰ ਕੀਰਤਨ ਜਦੋਂ ਨਿਕਲਣਾ ਉਹਦੇ ਵਿੱਚ ਵੀ ਅਸੀਂ ਸ਼ਮੂਲੀਅਤ ਕਰਨੀ ਆ। ਸਰ, ਕੀ ਕਹਿਣਾ ਚਾਹੋਗੇ ਕਿ ਇਹ ਕਾਲਜ ਜਿਹੜਾ ਕਿ
ਇੱਕ ਐਸਾ ਕੋਲਜ ਆ ਜਿਹੜਾ ਹਮੇਸ਼ਾ ਉੱਪਰ ਵੱਲ ਨੂੰ ਦੇਖਦਾ ਹੈਗਾ ਕੋਈ ਨਾ ਕੋਈ ਚੀਜ਼ ਨਵੀਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਹਰਮਨ ਪਿਆਰਾ ਕੋਲਜ ਆ ਸਾਡੇ ਸੈਕਟਰੀ ਸਾਹਿਬ ਦਾ, ਸਾਡੇ ਪ੍ਰਧਾਨ ਸਾਹਿਬ ਦਾ, ਔਰ ਉਹਨਾਂ ਨੂੰ ਹਮੇਸ਼ਾ ਹੁੰਦੀ ਆ, ਉਹ ਕਹਿੰਦੇ ਪ੍ਰਿੰਸੀਪਲ ਸਾਹਿਬ ਦੱਸੋ ਕੀ ਚਾਹੀਦਾ ਹੈਗਾ, ਔਰ ਹਮੇਸ਼ਾ ਉਹਨਾਂ ਨੇ ਪੋਜ਼ਿਟਿਵਿਟੀ ਦਿਖਾਈ ਹੈ ਇਸ ਕੋਲਜ ਨੂੰ, ਔਰ ਹਮੇਸ਼ਾ ਇਸ ਕਾਲਜ ਨੂੰ ਅਗਾਂਹ ਵਧਣ ਦੇ ਵਿੱਚ SGPC ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਿੱਖ ਪੰਥ ਦੀ ਸਿਰਮੋਰ ਸੰਸਥਾ ਹੈ, ਇਹ ਸਭ ਉਸਦੇ ਹੀ ਪ੍ਰਬੰਧ ਦੇ ਹੇਠ ਚੱਲ ਰਿਹਾ। ਅਤੇ ਜਦੋਂ ਦਾ ਇਹ ਕੋਲਜ ਸ਼ੁਰੂ ਹੋਇਆ, SGPC ਨੇ ਪੂਰਾ, ਚਾਹੇ ਉਹ ਸਾਨੂੰ ਮਾਇਕ ਤੌਰ ਦੇ ਉੱਤੇ ਹੋਵੇ, ਚਾਹੇ ਕਿਸੇ 'ਤੇ, ਚਾਹੇ ਬਿਲਡਿੰਗ ਬਣਾਉਣੀ ਸੀ, ਚਾਹੇ ਉਸ ਤੋਂ ਬਾਅਦ ਚਾਹੇ ਸੈਲਰੀਜ਼ ਹੋਣ, ਚਾਹੇ ਹੁਣ ਵੀ ਜਦੋਂ ਸੈਲਰੀਜ਼, ਕਰੋਨਾ ਦੇ ਦੌਰਾਨ ਸੈਲਰੀਜ਼ ਦਾ ਜਿਹੜਾ ਬਹੁਤ ਸਾਰੇ ਕੋਲਜਿਸ ਦੇ ਵਿੱਚ ਜਿਹੜਾ ਸੈਲਰੀਜ਼ ਨਹੀਂ ਦਿੱਤੀਆਂ ਗਈਆਂ, ਤਾਂ ਡਾਇਰੈਕਟੋਰੇਟ ਵੱਲੋਂ, ਸਕੱਤਰ ਸਾਹਿਬ ਵੱਲੋਂ, ਪ੍ਰਧਾਨ ਜੀ ਵੱਲੋਂ ਜਿਹੜੀਆਂ ਵਿਸ਼ੇਸ਼ ਜਿਹੜੀ ਸਹਾਇਤਾ ਜਿਹੜੀ ਹੈਗੀ ਆ, ਜਿੱਥੇ ਇਸ ਕੋਲਜ ਨੂੰ ਵੀ ਦਿੱਤੀ, ਹੋਰ ਵੀ ਬਹੁਤ ਸਾਰੇ ਕਾਲਜਾਂ ਨੂੰ ਦਿੱਤੀਆਂ, ਤਾਂ ਕਿ ਜਿਹੜੀ ਜਿੰਨੇ ਵੀ ਅਧਿਆਪਕ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਹੈਗੀ ਆ ਉਹ ਸੈਲਰੀ ਪਹੁੰਚ ਸਕੇ, ਉਹਨਾਂ ਦੇ ਵਿੱਚ ਪੈਸਾ ਪਹੁੰਚ ਸਕੇ, ਵੀ ਉਹ ਆਪਣੇ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣ। ਅਤੇ ਸਾਨੂੰ ਅੱਜ ਵੀ ਸਾਡਾ ਪਿੱਠ ਥਾਪੜ ਕੇ ਰੱਖਦੇ ਨੇ, ਤਾਂ ਕਿ ਵੀ ਇਸ, ਕਿਉਂਕਿ ਇਹ ਇਲਾਕਾ ਜਿਹੜਾ ਹੈਗਾ ਇਹ ਕੰਢੀ ਦਾ ਇਲਾਕਾ, ਇੱਧਰ ਟਰਾਂਸਪੋਰਟੇਸ਼ਨ ਇੰਨੀ ਜ਼ਿਆਦਾ ਵਿਕਸਿਤ ਨਹੀਂ ਆ, ਟਰਾਂਸਪੋਰਟੇਸ਼ਨ ਦੇ ਇੰਨੇ ਸਾਧਨ ਵਿਕਸਿਤ ਨਹੀਂ ਜਿੰਨੇ ਬਾਕੀ ਜਗ੍ਹਾ 'ਤੇ ਹੈਗੇ ਨੇ, ਜਿਸ ਕਰਕੇ ਇੱਥੇ ਜਿਹੜਾ ਹੈਗਾ ਵਿਸ਼ੇਸ਼ ਸਹੂਲਤਾਂ ਦੀ ਜ਼ਰੂਰਤ ਹੈਗੀ ਆ। ਅਤੇ ਸਾਨੂੰ ਹਰ ਵੇਲੇ ਉਹ ਪੂਰੀ ਸਪੋਰਟ ਦਿੰਦੇ ਨੇ, ਪੂਰੀ ਸਹਾਇਤਾ ਕਰਦੇ ਨੇ, ਪ੍ਰਧਾਨ ਜੀ ਅਤੇ ਸਕੱਤਰ ਸਾਹਿਬ ਵੀ, ਇੱਥੇ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਪ੍ਰਚਾਰ ਕਰੀਏ, ਸਿੱਖੀ ਦਾ ਪ੍ਰਚਾਰ ਕਰੀਏ, ਆਪਣੀ ਵਿੱਦਿਆ ਦਾ ਪ੍ਰਸਾਰ ਕਰੀਏ, ਜਿੱਥੇ ਵਿੱਦਿਆ ਦਾ ਪ੍ਰਸਾਰ ਕਰਨਾ, ਨਾਲ ਦੇ ਨਾਲ ਸਿੱਖੀ ਦਾ ਪ੍ਰਚਾਰ ਵੀ ਕਰੀਏ। ਅਤੇ ਸਾਨੂੰ ਚਾਹੇ ਕਿਸੇ ਤਰ੍ਹਾਂ ਤਰੀਕੇ ਦੀ ਵੀ ਸਹੂਲਤ ਹੈਗੀ ਆ, ਚਾਹੇ ਉਹ ਵਿੱਦਿਆ ਦੇ ਨਾਲ ਰਿਲੇਟਿਡ ਹੋਵੇ, ਚਾਹੇ ਸਿੱਖੀ ਦੇ ਪ੍ਰਸਾਰ ਲਈ ਹੋਵੇ, ਚਾਹੇ ਬੱਚਿਆਂ ਦੇ, ਵੇਖੋ ਇੱਕ ਪਹਿਲੀ ਸੰਸਥਾ ਆ ਇੱਥੇ ਜਿਹੜੀ ਸਿੱਖਾਂ ਦੇ ਵਿੱਚ, ਅੰਮ੍ਰਿਤਧਾਰੀ ਬੱਚਿਆਂ ਦੇ ਵਜ਼ੀਫੇ ਜਿਹੜੇ, ਕਿਉਂਕਿ ਬੱਚੇ ਇੱਥੇ ਜਿਹੜੀ ਸਾਡੇ ਕੋਲ ਫੈਮਿਲੀਜ਼ ਨੇ ਉਹ ਲੋਅ ਇਨਕਮ ਫੈਮਿਲੀਜ਼ ਨੇ, ਅਤੇ ਬਹੁਤ ਸਾਰੀਆਂ ਲੋਅ ਇਨਕਮ ਫੈਮਿਲੀਜ਼ ਨੇ, ਜਿਸ ਕਰਕੇ ਬੱਚਿਆਂ ਨੂੰ, ਬੱਚਿਆਂ ਦੀ ਉਹ ਜਿਹੜੀ ਫੀਸ ਨਹੀਂ ਦੇ ਸਕਦੇ। ਇਸ ਕਾਰਨ ਉਹਨਾਂ ਨੇ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਵੀ ਸਕੋਲਰਸ਼ਿਪ ਦਿੱਤੇ, ਹੋਰ ਵੀ ਬਹੁਤ ਸਾਰੇ ਸਕੋਲਰਸ਼ਿਪ ਜਿਹੜੇ ਨਿਸ਼ਕਾਮ ਵਾਲੇ ਵੀ ਦਿੰਦੇ ਨੇ ਸਾਡੇ SGPC ਵੱਲੋਂ, ਅੰਮ੍ਰਿਤਧਾਰੀ ਜਿਹੜੇ ਬੱਚੇ ਨੇ ਉਹਨਾਂ ਦੇ ਲਈ 8,000 ਸਕੋਲਰਸ਼ਿਪ ਹੈ, ਗ੍ਰੈਜੂਏਸ਼ਨ ਦੇ ਲਈ 5,000, ਪਲੱਸ ਟੂ ਵਾਲੇ ਬੱਚਿਆਂ, ਪਲੱਸ ਵਨ ਪਲੱਸ ਟੂ ਵਾਲੇ ਬੱਚਿਆਂ ਲਈ, ਇਹ ਬੱਚਿਆਂ ਲਈ ਬੜੀ ਵੱਡੀ ਸਹੂਲਤ ਹੋ ਜਾਂਦੀ ਆ, ਤਾਂ ਕਿ ਬੱਚੇ ਵੀ ਜਿਹੜੇ ਹੈਗੇ ਆ ਉੱਚ ਦਰਜੇ ਦੀ ਸਿੱਖਿਆ ਪ੍ਰਾਪਤ ਕਰ ਸਕਣ। ਪ੍ਰਿੰਸੀਪਲ ਸਾਹਿਬ, ਤੁਸੀਂ ਬਹੁਤ ਕਾਲਜਾਂ ਦੇ ਵਿੱਚ ਪਹਿਲਾਂ ਸੇਵਾਵਾਂ ਕੀਤੀਆਂ, ਹੁਣ ਤੁਸੀਂ ਇਸ ਪਵਿੱਤਰ ਧਰਤੀ ਦੇ ਉੱਪਰ ਆਏ ਹੋ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ, ਔਰ ਤੁਹਾਡੇ ਆਪਣੇ ਟੀਚਰਸ ਨੂੰ ਕੌਂਸਲ ਕਰਨ ਦੇ ਲਈ, ਕਿਉਂਕਿ ਤੁਸੀਂ ਹਮੇਸ਼ਾ ਐਜ਼ ਏ ਕੌਂਸਲਰ ਸੇਵਾ ਕਰਦੇ ਹੋ ਇਹਨਾਂ ਟੀਚਰਸ ਦੇ ਨਾਲ, ਕਿ ਅੱਜ ਦਾ ਜਿਹੜਾ ਯੂਥ ਹੈਗਾ ਉਹ ਬਹੁਤ ਮਾਡਰਨ ਯੂਥ ਹੈਗਾ, ਉਹਦੇ ਵਿੱਚ ਇੰਸਟਾ, ਫੇਸਬੁੱਕਾਂ, ਉਹ ਨਈ ਨਈ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਲੈਸ ਹੈਗਾ, ਔਰ ਉਹਨਾਂ ਨੂੰ ਕਿੱਦਾਂ ਆਪਾਂ ਉਹਨਾਂ ਨੂੰ ਗਾਈਡ ਕਰਨਾ, ਕਿੱਦਾਂ ਆਪਾਂ ਉਹਨਾਂ ਨੂੰ ਉਹਨਾਂ ਦੇ ਮਾਇੰਡ ਦੇ ਵਿੱਚ ਜਿਹੜਾ ਹੈਗਾ ਇੱਕ ਪੜ੍ਹਾਈ ਦੇ ਪ੍ਰਤੀ ਔਰ ਹਰ ਚੀਜ਼ ਦੇ ਪ੍ਰਤੀ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ 'ਤੇ ਐਮਸਾਈਜ਼ ਕਰਨਾ, ਤੁਹਾਡਾ ਸਾਨੂੰ ਸਮਾਂ ਦੇਣ ਲਈ ਸਰ ਬਹੁਤ ਬਹੁਤ ਧੰਨਵਾਦ। ਧੰਨਵਾਦ। ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਇਸ ਚੈਨਲ ਦਾ, ਜਿਹੜੇ ਕਿ ਇਸ ਸ਼ਹੀਦਾਂ ਦੀ ਪਵਿੱਤਰ ਧਰਤੀ 'ਤੇ ਸਥਾਪਿਤ ਇਸ ਸੰਸਥਾ ਦੇ ਵਿੱਚ ਪਹੁੰਚੇ ਨੇ। ਦੇਸ਼ ਵਿਦੇਸ਼ 'ਚ ਪਹੁੰਚੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਇਸ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦੇਣ ਦੇ ਲਈ ਇਹਨਾਂ ਨੇ ਉਪਰਾਲਾ ਕੀਤਾ। ਜ਼ਿਕਰ ਕੀਤਾ ਤੁਸੀਂ ਸਰ ਕਿ ਪ੍ਰਿੰਸੀਪਲ ਸਾਹਿਬ ਅਤੇ ਸਟਾਫ ਬਾਰੇ, ਤਾਂ ਅਸੀਂ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਣੀ ਰਹਿੰਦੇ ਹਾਂ ਕਿ ਇਸ ਸੰਸਥਾ ਦੇ ਵਿੱਚ ਆ ਕੇ ਜਿੱਥੇ ਅਸੀਂ ਆਪਣੇ ਕਾਰਜ ਨਿਭਾ ਰਹੇ ਹਾਂ ਉੱਥੇ ਹੀ ਅਸੀਂ ਸੇਵਾ ਦਾ ਸੰਕਲਪ ਵੀ ਨਾਲ ਲੈ ਕੇ ਚੱਲ ਰਹੇ ਹਾਂ।
ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਦੱਸ ਕੇ ਹਟੇ ਹਾਂ ਕਿ ਅਸੀਂ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਦੇ ਨਾਲ ਨਾਲ ਧਾਰਮਿਕ ਖੇਤਰ, ਸਮਾਜਿਕ ਖੇਤਰ, ਸੱਭਿਆਚਾਰਕ ਖੇਤਰ ਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ। ਉਸ ਖੇਤਰ ਦੇ ਵਿੱਚ ਵਿਦਿਆਰਥੀ ਨੇ ਆਪਣੇ ਧਰਮ ਦੇ ਨਾਲ, ਵਿਰਸੇ ਦੇ ਨਾਲ ਅਤੇ ਆਪਣੇ ਇਤਿਹਾਸ ਦੇ ਨਾਲ ਜੁੜਦੇ ਨੇ ਅਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਪ੍ਰਿੰਸੀਪਲ ਸਾਹਿਬ ਦੀ ਸੋਚ ਹੈ, ਇਹਨਾਂ ਦੀ ਸਮਰੱਥਾ ਹੈ ਅਤੇ ਅਸੀਂ ਸਾਰੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਜਗ੍ਹਾ 'ਤੇ ਅਸੀਂ ਰਹਿੰਦੇ ਹਾਂ ਉਹਦੀ ਜਿਹੜੀ ਵਾਈਬ੍ਰੇਸ਼ਨ ਨੇ ਉਹ ਹਮੇਸ਼ਾ ਸਾਨੂੰ ਐਨਰਜੀ ਦਿੰਦੀਆਂ ਨੇ ਅਤੇ ਜਿਹੜੀ ਇਸ ਜਗ੍ਹਾ ਜਿੱਥੇ ਅਸੀਂ ਸੇਵਾ ਕਰ ਰਹੇ ਹਾਂ, ਜਿਹੜਾ ਕੋਲਜ ਆ ਬੀਬੀ ਸ਼ਰਨ ਕੌਰ ਦੇ ਨਾਮ 'ਤੇ ਆ, ਅਤੇ ਜਿਹੜੀ ਉਹਨਾਂ ਤੋਂ ਜਿਹੜੀ ਸਾਨੂੰ ਐਨਰਜੀ ਮਿਲਦੀ ਹੈ, ਪੋਜ਼ੀਟਿਵ ਐਨਰਜੀ ਮਿਲਦੀ ਹੈ, ਸੇਧ ਮਿਲਦੀ ਹੈ, ਉਹੀ ਅਸੀਂ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸ਼੍ਰੋਮਣੀ ਕਮੇਟੀ ਦਾ ਕੋਲਜ ਹੈ ਤਾਂ ਸ਼੍ਰੋਮਣੀ ਕਮੇਟੀ ਦੀਆਂ ਜਿੰਨੀਆਂ ਵੀ ਵਿੱਦਿਅਕ ਸੰਸਥਾਵਾਂ ਨੇ ਉਹਨਾਂ ਦਾ ਜਿਹੜਾ ਉਦੇਸ਼ ਹੈ ਉਹ ਜਿਹੜੀ ਅਕਾਦਮਿਕਤਾ ਹੈ, ਜਿਹੜੀ ਪ੍ਰੋਫੈਸ਼ਨਲ ਐਜੂਕੇਸ਼ਨ ਆ, ਉਹਦੇ ਨਾਲ ਨਾਲ ਨੈਤਿਕ ਅਤੇ ਧਾਰਮਿਕ ਖੇਤਰ ਵਿੱਚ ਬੱਚੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕਰਕੇ ਅਸੀਂ ਹਰ ਤਰ੍ਹਾਂ ਦੇ ਜੋ ਨੈਤਿਕ ਇਗਜ਼ਾਮ ਨੇ, ਧਾਰਮਿਕ ਇਗਜ਼ਾਮ ਨੇ, ਉਹ ਵੀ ਬੱਚਿਆਂ ਦੇ ਕੰਡਕਟ ਕਰਵਾਉਂਦੇ ਹਾਂ ਅਤੇ ਯੂਨੀਵਰਸਿਟੀ ਲੈਵਲ ਤੱਕ ਦੇ ਬੱਚਿਆਂ ਦੇ ਜਿਹੜੇ ਇੰਟਰ ਸਕੂਲ ਇੰਟਰ ਕੋਲਜ ਕੰਪੀਟੀਸ਼ਨ ਹੁੰਦੇ ਆ ਉੱਥੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ ਅਤੇ ਸਾਡੇ ਬੱਚੇ ਵੱਡੇ ਵੱਡੀ ਸਟੇਜਾਂ 'ਤੇ ਜਾ ਕੇ ਵੱਡੇ ਵੱਡੇ ਜਿਹੜੇ ਪ੍ਰਾਈਜ਼ ਨੇ ਉਹ ਵੀ ਲੈ ਕੇ ਆਉਂਦੇ ਨੇ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਦੱਸਣ 'ਚ ਬੜਾ ਮਾਣ ਮਹਿਸੂਸ ਹੋ ਰਿਹਾ ਕਿ SGPC ਦੀਆਂ ਸੰਸਥਾਵਾਂ ਦੇ ਵਿੱਚ ਪੜ੍ਹ ਕੇ ਅਸੀਂ ਇੱਥੇ ਨੌਕਰੀ ਕਰ ਰਹੇ ਹਾਂ। ਇੱਕ ਵੱਡਾ ਉਪਰਾਲਾ, ਕਿਉਂਕਿ ਐਜੂਕੇਸ਼ਨ ਦੇ ਨਾਲ ਨਾਲ ਜੋਬ ਦੇਣੀ ਇੱਕ ਵੱਡੀ ਗੱਲ ਹੁੰਦੀ ਆ। ਅਤੇ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇਕਰ ਉਹਨਾਂ ਨੇ ਬਾਹਰ ਜਾਣਾ ਵੀ ਹੈ ਤਾਂ ਘੱਟੋ ਘੱਟ ਉਹਨਾਂ ਦੇ ਹੱਥੀਂ ਸਕਿੱਲ ਹੋਵੇ, ਕਿਉਂਕਿ ਬਾਹਰ ਲੇਬਰ ਕਰਨ ਨਾਲੋਂ ਅਸੀਂ ਕੋਈ ਚੰਗੀ ਪੋਸਟ 'ਤੇ ਲੱਗੀਏ ਤਾਂ ਘੱਟੋ ਘੱਟ ਗ੍ਰੈਜੂਏਸ਼ਨ ਕਰਕੇ ਤਾਂ ਇੱਥੋਂ ਜਾਈਏ, ਕਿਉਂਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਵਧੀਆ ਐਜੂਕੇਸ਼ਨ ਮਿਲਦੀ ਆ ਅਤੇ ਆਪਣੀ ਧਰਤੀ 'ਤੇ ਅਸੀਂ ਚੰਗੇ ਮਾਣ ਨਾਲ ਪੜ੍ਹ ਸਕਦੇ ਹਾਂ ਅਤੇ ਰਹਿ ਸਕਦੇ ਹਾਂ।